ਵੀਰੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਬਣਾ ਰਿਹਾ, ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਕਮੈਂਟਸ ਆ ਰਹੇ ਆ ਜਾਂ ਇਨਬੋਕਸ ਦੇ ਵਿੱਚ ਮੈਸੇਜ ਕਰ ਰਹੇ ਆ ਕਿ ਜਿਹੜੀ ਤੇਲੇ ਵਾਲੀ ਦਵਾਈ ਕਰਨੀ ਆ ਅਸੀਂ ਉਹਦੇ ਨਾਲ ਫੰਗੀਸਾਈਡ ਮਿਕਸ ਕਰ ਸਕਦੇ ਹਾਂ, ਜਾਂ 13045 NPK ਜਾਂ ਹੋਰ ਤਰ੍ਹਾਂ ਦੀ ਕੋਈ NPK ਆਉਂਦੀ ਆ ਉਹ ਮਿਕਸ ਕਰ ਸਕਦੇ ਹਾਂ, ਜਾਂ DAP ਘਰੇ ਘੋਲ ਕੇ ਸਪਰੇਅ ਕਰ ਸਕਦੇ ਹਾਂ। ਤਾਂ ਸਾਰੇ ਕਿਸਾਨ ਵੀਰਾਂ ਨੂੰ ਰਿਕੁਐਸਟ ਹੈ ਮੇਰੀ, ਕਿਉਂਕਿ ਤੇਲੇ ਦੀ ਸਪਰੇਅ ਬਿਨਾਂ ਲੋੜ ਤੋਂ ਨਾ ਕਰੋ, ਕਿਉਂਕਿ ਸਾਰੀ ਫਸਲ ਦੇ ਵਿੱਚ, ਕਣਕ ਦੀ ਸਪੈਸ਼ਲੀ ਕਣਕ ਦੀ ਫਸਲ ਦੇ ਵਿੱਚ ਕਦੇ ਵੀ ਸਾਰੀ ਫਸਲ ਦੇ ਵਿੱਚ ਤੇਲਾ ਨਹੀਂ ਪੈਂਦਾ ਹੈਗਾ। ਇਹ ਤੋੜੀਆਂ ਦੇ ਵਿੱਚ ਤੇਲਾ ਪਵੇਗਾ ਅਤੇ ਬਾਹਰਲੇ ਪਾਸਿਓਂ ਪਵੇਗਾ, ਜਿੰਨੀ ਵੀ ਤੁਹਾਡੀ ਬਾਹਰਲੇ ਪਾਸਿਓਂ ਟੱਚਮੈਂਟ ਹੈਗੀ ਹੈ ਫਸਲ ਦੇ ਨਾਲ, ਚਾਹੇ ਕੋਈ ਸਾਂਝੀ ਵੱਟ ਹੈ, ਚਾਹੇ ਕੋਈ ਰਾਹ ਖਾਲਾ, ਤਾਂ ਉਸ ਜਗ੍ਹਾ ਦੇ ਵਿੱਚ ਤੇਲਾ ਪਵੇਗਾ। ਵੱਧ ਤੋਂ ਵੱਧ 10 ਫੁੱਟ ਤੱਕ ਪਵੇਗਾ, ਜਿੰਨਾ ਚਿਕਰ ਆਪਣੀ ਗੰਨ ਦਾ ਫੁਹਾਰਾ ਜਾਂਦਾ ਉਨੀ ਕੁ ਵਾਰ ਤੱਕ ਹੀ ਪਵੇਗਾ। ਉਨੀ ਕੁ ਜਗ੍ਹਾ 'ਚ ਸਪਰੇਅ ਕਰ ਲੈਣੀ ਚਾਹੀਦੀ ਹੈ, ਪਰ ਸਪਰੇਅ ਕਰਨ ਦੇ ਦੌਰਾਨ ਇੱਕ ਤੁਸੀਂ 2-3 ਗੱਲਾਂ ਦਾ ਜ਼ਰੂਰੀ ਖਿਆਲ ਰੱਖਣਾ, ਕਿਉਂਕਿ ਜਿੰਨੇ ਵੀ ਕਿਸਾਨ ਭਰਾ ਸਪਰੇਅ ਖਰੀਦਣ ਜਾਂਦੇ ਆ, ਤਾਂ ਜੇਕਰ ਉਹ ਇੱਕ ਸਪਰੇਅ ਖਰੀਦਣ ਲਈ ਜਾਂਦੇ ਆ ਤਾਂ 2 ਸਪਰੇਹਾਂ ਉਹਨਾਂ ਨੂੰ ਵੈਸੇ ਦੇ ਦਿੱਤੀਆਂ ਜਾਂਦੀਆਂ ਨੇ ਕਿ ਹੁਣ ਤੁਸੀਂ ਟਿਲਟ ਦੀ ਸਪਰੇਅ ਕਰ ਸਕਦੇ ਹੋ ਜਾਂ ਹੋਰ ਕੋਈ ਫੰਗੀਸਾਈਡ ਦੇ ਦਿੱਤਾ ਜਾਂਦਾ ਕਿ ਇਹਦੇ ਨਾਲ ਝਾੜ ਵਧੇਗਾ। ਫੰਗੀਸਾਈਡ ਦੇ ਨਾਲ ਝਾੜ ਨਹੀਂ ਵੱਧਦਾ ਜੀ, ਫੰਗੀਸਾਈਡ ਦੇ ਨਾਲ ਫੰਗਸ ਦਾ ਰੋਗ ਖਤਮ ਹੋ ਸਕਦਾ, ਫੰਗਸ ਦਾ ਰੋਗ ਘੱਟ ਸਕਦਾ ਹੈਗਾ। ਜੇਕਰ ਤੁਹਾਡੀ ਫਸਲ ਦੇ ਵਿੱਚ ਕੋਈ ਫੰਗਸ ਦੀ ਪ੍ਰੋਬਲਮ ਆ ਤਾਂ ਫੰਗੀਸਾਈਡ ਦੀ ਸਪਰੇਅ ਅਲੱਗ ਕਰ ਲਓ, ਠੀਕ ਹੈ, ਕਿਉਂਕਿ ਜਿਵੇਂ 58-51 ਵਰਾਇਟੀ ਹੈ ਤਾਂ ਉਸ 'ਤੇ ਫੰਗਸ ਦੀ ਪ੍ਰੋਬਲਮ ਆਉਂਦੀ ਹੈ, ਜਾਂ ਹੋਰ ਵਰਾਇਟੀਆਂ ਹੈਗੀਆਂ ਇਹਨਾਂ ਦੇ ਪੁਰਾਣੀਆਂ ਵਰਾਇਟੀਆਂ ਚੱਲੀਆਂ ਆ ਰਹੀਆਂ, ਪੀਲੀ ਕੁੰਗੀ ਦਾ ਅਟੈਕ ਹੁੰਦਾ, ਤਾਂ ਇਸ ਵਾਰ ਜਿਹੜਾ ਮੌਸਮ ਹਲਕਾ ਜਿਹਾ ਠੰਡਾ ਰਿਹਾ ਤਾਂ ਉਹਦੇ ਨਾਲ ਬਿਮਾਰੀਆਂ ਆਈਆਂ ਕੁਛ ਏਰੀਆ ਦੇ ਵਿੱਚ। ਪਰ ਜੇ ਤੁਹਾਡੀ ਕਣਕ ਦੀ ਫਸਲ ਬਹੁਤ ਸਿਹਤਮੰਦ ਹੈ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈਗੀ ਹੈ, ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਫੰਗੀਸਾਈਡ ਸਪਰੇਅ ਕਰਨੀ ਹੀ ਕਰਨੀ ਹੈ। ਤਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿ ਜਦੋਂ ਆਪਾਂ ਤੇਲੇ ਦੀ ਸਪਰੇਅ ਕਰਦੇ ਹਾਂ ਤਾਂ ਉਹਨਾਂ ਨੂੰ ਗਲਤ ਫਹਿਮੀਆਂ ਦੇ ਵਿੱਚ ਕੋਈ ਕਿਸਾਨ ਭਰਾ ਪਾ ਦਿੰਦੇ ਆ ਜਾਂ ਏਜੰਟ ਪਾ ਦਿੰਦੇ ਆ, ਜਿਹੜੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਪੈਸਟੀਸਾਈਡ ਨੂੰ ਵੇਚਣ ਦੇ ਲਈ ਰਿਕਮੈਂਡੇਸ਼ਨ ਦੇ ਤੌਰ 'ਤੇ ਛੱਡੇ ਹੋਏ ਆ, ਤਾਂ ਉਹਨਾਂ ਤੋਂ ਜਦੋਂ ਸਲਾਹ ਲੈਂਦੇ ਆ ਕਿਸਾਨ ਭਰਾ ਤਾਂ ਉਹ ਕਹਿੰਦੇ ਆ ਕਿ ਸਾਡੀ ਕੰਪਨੀ ਦਾ ਇਹ ਪ੍ਰੋਡਕਟ ਵਰਤੋ ਤਾਂ ਤੁਹਾਡੀ ਫਸਲ ਦਾ ਝਾੜ ਵੀ ਵਧੇਗਾ ਅਤੇ ਇਹਦੇ ਵਿੱਚ ਬਿਮਾਰੀ ਵੀ ਕੋਈ ਆਵੇ ਨਹੀਂ, ਅਤੇ ਖਾਣ ਦੇ ਲਈ ਜਿਹੜੀ ਕਣਕ ਹੈ ਉਹ ਸੋਹਣੀ ਹੋਵੇਗੀ, ਉਹਦਾ ਸਵਾਦ ਵਧੀਆ ਹੋਵੇਗਾ, ਇਸ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਆ। ਅਤੇ ਕਿਸਾਨ ਭਰਾਵਾਂ ਨੂੰ ਰਿਕੁਐਸਟ ਆ ਕਿ ਉਹਨਾਂ ਦੇ ਝੰਝਟ ਦੇ ਵਿੱਚ ਨਾ ਆਉਣ, ਠੀਕ ਹੈ, ਕਿਉਂਕਿ ਸਪਰੇਹਾਂ ਦੇ ਨਾਲ ਝਾੜ ਦਾ ਕੋਈ ਸੰਬੰਧ ਨਹੀਂ, ਮੌਸਮ ਦੇ ਨਾਲ ਝਾੜ ਦਾ ਸੰਬੰਧ ਹੈ ਅਤੇ ਮੌਸਮ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਕੁਦਰਤ ਹੀ ਕੰਟਰੋਲ ਕਰ ਸਕਦੀ ਹੈ। ਜੇਕਰ ਸਪਰੇਹਾਂ ਦਾ ਝਾੜ ਵੱਧਦਾ ਹੁੰਦਾ ਤਾਂ ਕੰਪਨੀ ਵਾਲੇ ਆਪਣੇ ਜਿਹੜੇ ਉਹਨਾਂ ਦੇ ਖੇਤਾਂ ਦੇ ਵਿੱਚ ਕਣਕ ਲੱਗੀ ਹੋਈ ਹੈ ਤਾਂ ਉਹ ਸਭ ਤੋਂ ਵੱਧ ਆਪਦਾ ਝਾੜ ਕੱਢਦੇ, ਆਪਣੀਆਂ ਵਰਾਇਟੀਆਂ ਤਿਆਰ ਕਰ ਲੈਂਦੇ ਜਿਹੜੀਆਂ ਕਿ ਨੋਰਮਲ ਵਰਾਇਟੀਆਂ ਤੋਂ 5-4 ਗੁਣਾ ਝਾੜ ਦੇ ਸਕਦੇ ਹਾਂ ਅਸੀਂ। ਪਰ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ, ਕਿਉਂਕਿ ਇਨਵਾਇਰਮੈਂਟਲ ਕਾਰਨ ਆ, ਜਿਹੜੇ ਇਨਵਾਇਰਮੈਂਟ ਦੇ ਵਿੱਚ ਜਿਹੜੀ ਮੌਸਮ ਦੇ ਥੱਲੇ ਜਿਹੜੀ ਫਸਲ ਪੱਕਦੀ ਆ ਤਾਂ ਉਹ ਕੋਈ ਇੱਕ ਮਿੰਟ ਦੇ ਵਿੱਚ ਕੰਮ ਨਹੀਂ ਹੁੰਦਾ, ਇੱਕ ਦਿਨ ਦੇ ਵਿੱਚ ਕੰਮ ਨਹੀਂ ਹੁੰਦਾ, ਉਹਨੂੰ ਹਫ਼ਤਿਆਂ ਦੇ ਵਿੱਚ ਹਫ਼ਤੇ ਚਾਹੀਦੇ ਆ, ਤਾਂ ਉਹ ਹਫ਼ਤਿਆਂ ਦੇ ਵਿੱਚ ਜਿਹੜਾ ਕੰਮ ਹੁੰਦਾ ਉਹਦਾ ਨਤੀਜਾ ਆਪਣੇ ਸਾਹਮਣੇ ਆਉਂਦਾ ਵੀ ਝਾੜ ਵੱਧਦਾ ਕਿ ਘੱਟ ਹੈ। ਇਹ ਹਰ ਵਾਰ ਮੌਸਮ ਚੇਂਜ ਰਹਿੰਦਾ, ਇਸ ਵਾਰ ਮੌਸਮ ਥੋੜ੍ਹਾ ਜਿਹਾ ਠੰਡਾ ਰਿਹਾ ਤਾਂ ਕਿਤੇ ਕਿਤੇ ਤੇਲਾ ਦੇਖਣ ਨੂੰ ਮਿਲਿਆ, ਤਾਂ ਤੇਲੇ ਦੇ ਲਈ ਸਪੈਸ਼ਲੀ ਜਿਹੜੀ ਰਿਕਮੈਂਡੇਸ਼ਨ ਹੈਗੀ ਹੈ ਥਾਇਓਮੈਕਸਮ ਦੀ ਹੈ, ਅਗਟਾਰਾ ਕਹਿ ਦਿੰਦੇ ਹੋ, ਪਰ ਉਹਦੀ ਵੀ ਜਿਹੜੀ ਡੋਜ਼ ਆ ਉਹ 20 ਗ੍ਰਾਮ ਦੱਸੀ ਹੋਈ ਹੈ। ਅਤੇ ਤੁਸੀਂ ਬਹੁਤ ਸਾਰੇ ਕਿਸਾਨ ਭਰਾ ਕਹਿੰਦੇ ਹੋ ਵੀ ਆਪਾਂ ਹੋਰ ਕੰਪਨੀਆਂ ਦਾ ਸਸਤਾ ਯੂਜ਼ ਕਰ ਲੈਂਦੇ, ਕਈ ਵਾਰੀ 200-200 ਗ੍ਰਾਮ 150 ਗ੍ਰਾਮ ਤੱਕ ਯੂਜ਼ ਕਰਦੇ ਹੋ। ਪਹਿਲੀ ਗੱਲ ਤਾਂ ਕਣਕ ਦੀ ਫਸਲ ਆਪਣੀ ਭੋਜਨ ਦੀ ਫਸਲ ਹੈ, ਰੋਟੀ ਬਣਨੀ ਹੈ ਸਾਰਾ ਸਾਲ, ਚਾਹੇ ਆਪਾਂ ਆਪ ਖਾਣੀਏ ਚਾਹੇ ਆਪਾਂ ਸਾਰੀ ਕਣਕ ਦੇ ਵਿੱਚ ਕੁਛ ਹਿੱਸਾ ਰੱਖ ਕੇ ਬਾਕੀ ਵੇਚ ਦੇਣੀ ਹੈ, ਤਾਂ ਮਾਰਕੀਟ ਦੇ ਵਿੱਚ ਵੀ ਇਹ ਤੋਂ ਕੋਈ ਪ੍ਰੋਡਕਟ ਹੀ ਬਣਨਾ, ਚਾਹੇ ਬਿਸਕੁਟ ਬਣ, ਚਾਹੇ ਕੋਈ ਹੋਰ ਪ੍ਰੋਡਕਟ ਬਣੇ, ਤਾਂ ਉਹ ਭੋਜਨ ਦੇ ਰੂਪ ਵਿੱਚ ਹੀ ਵਰਤੀ ਜਾਣੀ ਹੈ। ਜਿੰਨੇ ਵੀ ਆਪਾਂ ਕੈਮੀਕਲ, ਸਪੈਸ਼ਲੀ ਇਨਸੈਕਟੀਸਾਈਡ ਵਾਲੇ ਕੈਮੀਕਲ ਜਿਹੜੇ ਆਪਾਂ ਵਰਤ ਰਹੇ ਹਾਂ, ਤਾਂ ਉਹਨਾਂ ਨੇ ਅੱਗੇ ਜਾ ਕੇ ਆਪਣੇ ਭੋਜਨ ਦਾ ਹਿੱਸਾ ਬਣ ਜਾਣਾ। ਤਾਂ ਮੇਰੀ ਰਿਕੁਐਸਟ ਆ ਕਿ ਘੱਟ ਤੋਂ ਘੱਟ ਇਨਸੈਕਟੀਸਾਈਡ ਯੂਜ਼ ਕੀਤੀ ਜਾਵੇ। ਤੇਲੇ ਦਾ ਡਰ ਆਪਣੇ ਮਨ ਦੇ ਵਿੱਚ ਜ਼ਿਆਦਾ ਬਣਿਆ ਹੋਇਆ, ਨੁਕਸਾਨ ਇਹਦੇ ਨਾਲ ਇੰਨਾ ਜ਼ਿਆਦਾ ਨਹੀਂ ਹੁੰਦਾ। ਜੇਕਰ ਆਪਣੇ ਮੌਸਮ ਦੇ ਵਿੱਚ ਕੋਈ ਗੜਬੜ ਹੈਗੀ ਆ, ਮੌਸਮ ਆਪਣਾ ਬੱਦਲਵਾਈ ਵਾਲਾ ਹੈਗਾ, ਤਾਂ ਉਸ ਮੌਸਮ ਦੇ ਵਿੱਚ ਤੇਲਾ ਬਹੁਤ ਜ਼ਿਆਦਾ ਵੱਧ ਜਾਂਦਾ। ਜੇਕਰ ਤੇਲਾ ਬੱਲੀਆਂ 'ਤੇ ਕਾ ਚੁੱਕਿਆ, ਬੱਲੀਆਂ ਦੇ ਵਿੱਚ ਤੁਹਾਨੂੰ ਤੇਲਾ ਦਿਖ ਰਿਹਾ ਕਿਤੇ ਕਿਤੇ, ਤਾਂ ਉਸ ਜਗ੍ਹਾ ਦੇ ਵਿੱਚ ਸਪਰੇਅ ਕਰੋ ਜਿੱਥੋਂ ਤੱਕ ਤੁਹਾਡੀ ਗੰਨ ਦਾ ਫੁਹਾਰਾ ਜਾਂਦਾ ਬਾਹਰਲੀ ਸਾਈਡ ਤੋਂ, ਠੀਕ ਹੈ। ਇਹ ਮੰਨ ਲਓ ਵੀ 1 ਕਿੱਲੇ ਦਾ ਤੁਹਾਡਾ ਖੇਤ ਆ, ਤਾਂ ਚਾਰੋਂ ਪਾਸੇ ਤੁਸੀਂ ਉਹਦਾ 10-10 ਜਿਹੜਾ ਫੁੱਟ ਥਾਂ ਹੈਗਾ, 2 ਕਰਮਾਂ ਤੱਕ ਜਾਂ 3 ਕਰਮਾਂ ਤੱਕ ਮੈਕਸੀਮਮ ਤੁਸੀਂ ਸਪਰੇਅ ਕਰ ਸਕਦੇ ਹੋ। ਸਾਰੇ ਖੇਤ ਦੇ ਵਿੱਚ ਸਪਰੇਅ ਕਰਨ ਦੇ ਨਾਲੋਂ ਤੁਸੀਂ ਉਹਨੇ ਥਾਂ ਦੇ ਵਿੱਚ ਸਪਰੇਅ ਕਰ ਲਓਗੇ, ਬਰਾਬਰ ਰਿਜ਼ਲਟ ਆਵੇਗਾ। ਕਿਉਂਕਿ ਤੇਲੇ ਦਾ ਵਧਣਾ ਜਾਂ ਤੇਲੇ ਤੋਂ ਬਾਅਦ ਸੁੰਡੀ ਦਾ ਆਉਣਾ ਸਿੱਟਿਆਂ ਦੇ ਵਿੱਚ, ਤਾਂ ਉਹਦਾ ਕਾਰਨ ਸਭ ਤੋਂ ਵੱਧ ਮੌਸਮ ਹੈ। ਅਤੇ ਜਿੱਦਾਂ ਹੀ ਤੇਲਾ ਵਧੇਗਾ, ਤੇਲੇ ਵਧਣ ਲਈ ਜਿਹੜਾ ਇਨਵਾਇਰਮੈਂਟ ਹੁਣ ਚੱਲ ਰਿਹਾ, ਹਲਕਾ ਜਾਂ ਠੰਡਾ ਚੱਲ ਰਿਹਾ ਜਾਂ ਪੱਛਮ ਦੀ ਹਵਾ ਚੱਲ ਰਹੀ ਹੈ, ਤਾਂ ਉਹੀ ਜਿਹੜਾ ਮੌਸਮ ਹੈ ਉਹ ਮਿੱਤਰ ਜੀਵਾਂ ਨੂੰ ਵੀ ਬੜਾਵਾ ਦੇਵੇਗਾ।
ਤਾਂ ਬਹੁਤ ਤਰ੍ਹਾਂ ਦੇ ਮਿੱਤਰ ਜੀਵ ਆ ਜਿਹੜੇ ਆਪਣੇ ਕਣਕ ਦੀ ਫਸਲ ਦੇ ਵਿੱਚ ਹੈਗੇ ਆ, ਤਾਂ ਉਹਨਾਂ ਨੂੰ ਖਾਣ ਦੇ ਲਈ ਉਹ ਰੱਬ ਨੇ ਭੇਜੇ ਹੋਏ ਆ, ਉਹਨਾਂ ਨੂੰ ਵੀ ਕੰਮ ਕਰਨ ਦਿਓ। ਜ਼ਰੂਰੀ ਨਹੀਂ ਹੈਗਾ ਕਿ ਆਪਣੀਆਂ ਸਪਰੇਹਾਂ ਹੀ ਆਪਣਾ ਝਾੜ ਵਧਾਉਣ। ਕਿਸਾਨ ਭਰਾਵੋ, ਜੇਕਰ ਤੁਸੀਂ ਸਪਰੇਅ ਕਰਨ ਬਾਰੇ ਸੋਚਿਆ ਹੈ ਤਾਂ ਸਪਰੇਹਾਂ ਦੀ ਮਿਕਸਿੰਗ ਨਾ ਕੀਤੀ ਜਾਵੇ, ਕਿਉਂਕਿ ਜਦੋਂ ਕੈਮੀਕਲ ਕੰਸਨਟ੍ਰੇਸ਼ਨ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਦਾ ਰਿਜ਼ਲਟ ਵੀ ਨਹੀਂ ਮਿਲਦਾ ਹੈਗਾ, ਅਤੇ ਆਪਣੀ ਜਿਹੜੀ ਖਾਣ ਵਾਲੀ ਫਸਲ ਹੈ ਸਪੈਸ਼ਲੀ ਕਣਕ ਹੈ ਤਾਂ ਉਹਦੇ ਵਿੱਚ ਉਹ ਕੰਸਨਟ੍ਰੇਸ਼ਨ ਜਾਣੀ ਹੈ, ਕਿਉਂਕਿ 35-40 ਦਿਨਾਂ ਦੇ ਵਿੱਚ ਆਪਣੀ ਕਣਕ ਵੱਢੀ ਜਾਣੀ ਹੈ ਅਤੇ ਉਹੀ ਕਣਕ ਅੱਗੇ ਸਾਰਾ ਸਾਲ ਜਿਹੜੀ ਭੋਜਨ ਦੇ ਵਿੱਚ ਵਰਤੀ ਜਾਣੀ ਹੈ। ਕਿਸਾਨ ਵੀਰੋ, ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਕੋਈ ਵੀ ਸਵਾਲ ਹੋਇਆ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ, ਅਤੇ ਨਵੇਂ ਕਿਸਾਨ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਦੇ ਲਈ ਬੈਲ ਆਈਕਾਨ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ 'ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਓਕੇ ਜੀ, ਧੰਨਵਾਦ ਕਿਸਾਨ ਭਰਾਵੋ।